ਛੋਟਾ ਬੱਚਾ ਨਹੀਂ ਮੁੰਡਾ ਬਚਾ ਉਹਦਾ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਕਈ ਮਾਸੂਮ ਇਹਨਾਂ ਦਾ ਨਿਸ਼ਾਨਾ ਬਣ ਚੁੱਕੇ ਨੇ। ਇਥੋਂ ਦੇ ਅਕਾਲ ਅਕੈਡਮੀ ਸਕੂਲ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸਵੇਰੇ ਸਕੂਲ ਲੱਗਣ ਵਕਤ ਬੱਚੇ ਕਲਾਸਾਂ ਵਿੱਚ ਜਾ ਰਹੇ ਸੀ ਕਿ ਇੱਕ ਅਵਾਰਾ ਕੁੱਤੇ ਨੇ ਬੱਚਿਆਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ, ਜਿਸ ਦੇ ਮੱਦੇ ਨਜ਼ਰ 3 ਸਕੂਲੀ ਬੱਚਿਆਂ ਨੂੰ ਅਵਾਰਾ ਕੁੱਤੇ ਨੇ ਬੇਰਹਿਮੀ ਨਾਲ ਕੱਟਿਆ। ਬੱਚਿਆਂ ਨੂੰ ਜ਼ਖਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੇ ਦੱਸਿਆ ਕਿ ਸਕੂਲ ਲੱਗਣ ਸਮੇਂ ਬਾਹਰੋਂ ਹੱਡਾ ਰੋੜੀ ਤੋਂ ਅਵਾਰਾ ਕੁੱਤਾ ਸਕੂਲ ਵਿੱਚ ਦਾਖਲ ਹੋ ਗਿਆ, ਜਿਸ ਨੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੱਟ ਲਿਆ। ਅਸੀਂ ਆਪਣਾ ਕਲਾਸ 'ਚ ਬੈਠੇ ਸੀ ਤੇ ਬੈਨਾਂ ਆਈਆਂ ਨੇ ਸੀ, ਕੁੱਤੇ ਦਾ ਪਤਾ ਨਹੀਂ ਚੱਲਿਆ ਕਿੱਥੋਂ ਆ ਗਿਆ ਤੇ ਆ ਕੇ ਤੇ ਕੁੱਤਾ ਮੇਰੇ ਕੰਨੀ ਆਉਣ ਲੱਗਿਆ। ਮੈਨੂੰ ਤਾਂ ਐਂ ਪਤਾ ਨਹੀਂ ਸੀ ਕਿ ਉਹ ਹਲਕਾ ਹੈ ਤੇ ਮੈਂ ਕੁੱਤੇ ਨੂੰ ਭਜਾਉਣ ਲੱਗਿਆ ਤੇ ਮੇਰੇ ਦੰਦੀ ਵੱਢ ਲਈ। ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਲਈ ਤੇ ਉਹ ਚਲ ਗਿਆ ਛੋਟੇ ਜਵਾਕਾਂ ਕੰਨੀ ਤੇ ਛੋਟੇ ਜਵਾਕਾਂ ਕੰਨੀ ਵਾਹਵਾ ਸੱਟ ਮਾਰ ਗਏ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੇ ਬਾਹਰ ਹੱਡਾ ਰੋੜੀ ਬਣੀ ਹੋਈ ਹੈ, ਜਿਸ ਦੀ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਪਰ ਉਸ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਅਵਾਰਾ ਕੁੱਤੇ ਨੇ ਅੱਜ ਸਕੂਲੀ ਬੱਚਿਆਂ ਨੂੰ ਕੱਟਿਆ ਹੈ। ਅੱਜ ਮਾਰਨਿੰਗ ਟਾਈਮ ਵੀ ਸਕੂਲ ਲੱਗਣ ਤੋਂ ਪਹਿਲਾਂ ਨਾ ਵੈਨਸ ਜਦੋਂ ਅੰਦਰ ਆਈਆਂ ਤੇ ਬੱਚੇ ਆਪਣੀ ਕਲਾਸਿਸ 'ਚ ਜਾ ਰਹੇ ਸੀ ਤੇ ਅਚਾਨਕ ਹੀ ਬਾਹਰੋਂ ਵੈਨਸ ਦੇ ਪਿੱਛੇ ਇੱਕ ਕੁੱਤਾ ਆਇਆ ਦੌੜਦਾ ਹੋਇਆ ਤੇ ਉਹਨੇ ਆ ਕੇ ਇੱਕਦਮ ਕਲਾਸਾਂ 'ਚ ਚਲਾ ਗਿਆ ਛੋਟੇ ਬੱਚਿਆਂ ਦੀ 'ਚ। ਉੱਥੋਂ ਇੱਕ ਬੱਚੇ ਨੂੰ ਉਸਨੇ ਪੂਰਾ ਝਪਟਿਆ, ਉਹਦੇ ਵੱਢਿਆ ਉਹਦੇ ਮੱਥੇ 'ਤੇ ਥੋੜ੍ਹਾ ਜਿਹਾ ਅਤੇ ਉਸ ਤੋਂ ਬਾਅਦ ਜਦੋਂ ਉਹਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ 10th ਕਲਾਸ ਦੇ ਵਿੱਚ ਚਲਾ ਗਿਆ। ਉੱਥੇ ਜਾ ਕੇ ਉਸਨੇ ਇੱਕ ਬੱਚੇ ਨੂੰ ਲੱਤ 'ਤੇ ਬਾਈਟ ਕੀਤਾ ਅਤੇ ਕਾਰਨ ਕੀ ਹੈ ਕੁੱਤਾ ਕਿਉਂ ਆਇਆ? ਸਾਡੇ ਸਕੂਲ ਦੇ ਨੇੜੇ ਇਹਨਾਂ ਦੀ ਕਿਲੋਮੀਟਰ 'ਤੇ ਅੱਧਾ ਕੁ ਕਿਲੋਮੀਟਰ 'ਤੇ ਇਹਨੇ ਇੱਕ ਹੱਡਾ ਰੋੜੀ ਹੈ ਅਤੇ ਹੁਣ ਵੀ ਇਸ ਟਾਈਮ ਵੀ ਬੜੇ ਖੁੰਖਾਰ ਕੁੱਤੇ ਬੈਠੇ ਹੋਏ ਨੇ ਅਤੇ ਉਹ ਬਹੁਤ ਜ਼ਿਆਦਾ ਮਤਲਬ ਖਤਰਨਾਕ ਨੇ। ਅਸੀਂ ਆਪਣੀਆਂ ਦੀਵਾਰਾਂ ਬਹੁਤ ਉੱਚੀਆਂ ਉੱਚੀਆਂ ਕਰਵਾਈਆਂ ਹੋਈਆਂ ਪਰ ਫਿਰ ਵੀ ਇਹ ਕੁੱਤਾ ਜਿਵੇਂ ਕੋਈ ਆਪਾਂ ਬਾਈ ਚਾਂਸ ਗੱਡੀ ਵਗੈਰਾ ਅੰਦਰ ਆਉਣ ਲਈ ਕਦੇ ਵੀ ਤਾਂ ਖੋਲਦੇ ਹਾਂ, ਮਾਰਨਿੰਗ ਟਾਈਮ ਬੱਚਿਆਂ ਨੇ ਆਉਣਾ ਹੁੰਦਾ ਤਾਂ ਉਦੋਂ ਮਤਲਬ ਆ ਸਕਦਾ। ਉਧਰ ਬੱਚਿਆਂ ਦਾ ਇਲਾਜ ਕਰ ਰਹੇ ਮਾਨਸਾ ਦੇ ਸਿਵਲ ਹਸਪਤਾਲ ਦੇ SMO ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਵਾਰਾ ਕੁੱਤੇ ਨੇ 3 ਬੱਚਿਆਂ ਨੂੰ ਕੱਟਿਆ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਨੇ। ਸਰ 3 ਬੱਚੇ ਨੇ ਸਕੂਲ ਦੇ, ਉਹਨਾਂ ਨੂੰ ਜਿਹੜੀ ਹਿਸਟਰੀ ਆ ਉਹਦੇ ਹਿਸਾਬ ਨਾਲ ਕੁੱਤੇ ਨੇ ਅੰਦਰ ਆ ਕੇ ਕੱਟਿਆ ਹੈ। ਉਹ ਤਾਂ ਕੁੱਤੇ ਬੜਾ ਵਾਇਲੈਂਟ ਸੀਗਾ ਉਹਨਾਂ ਦੀ ਦੱਸਣ ਮੁਤਾਬਕ। ਉਹਦਾ ਸਾਡੇ ਕੋਲ ਸਾਰਾ ਪ੍ਰਬੰਧ ਹੈ, ਸਾਡੇ ਕੋਲ ਵੈਕਸੀਨ ਹੈਗੀ ਆ, ਪਲੱਸ ਸਾਡੇ ਕੋਲ ਸੀਰਮ ਹੈਗਾ, ਹੋਰ ਦਵਾਈਆਂ ਜੋ ਲੋੜੀਂਦੀਆਂ ਹਨ ਸਾਰੀਆਂ ਹਸਪੀਟਲ 'ਚ ਅਵੇਲੇਬਲ ਨੇ। ਅਸੀਂ ਉਹਨਾਂ ਦਾ ਇਲਾਜ ਵਧੀਆ ਤਰੀਕੇ ਨਾਲ ਆਪਣੇ ਹਸਪੀਟਲ 'ਚ ਕਰਾਂਗੇ। ਨੰਨੇ ਮਾਸੂਮ ਇਹਨਾਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਨੇ ਪਰ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਇਸ ਦਾ ਕੋਈ ਵੀ ਸਮਾਧਾਨ ਨਹੀਂ ਕੀਤਾ ਜਾ ਰਿਹਾ। ਮਾਨਸਾ ਤੋਂ ਨਵਦੀਪ ਆਲੂਵਾਲੀਆ ਦੀ ਰਿਪੋਰਟ, ਵਰਲਡ ਪੰਜਾਬੀ ਟੀਵੀ। ਦਵਾਈ ਨਹੀਂ ਮਤਲਬ ਛੋਟਾ ਬੱਚਾ ਨਹੀਂ ਮੁੰਡਾ ਬਚਾ ਉਹਦਾ।